सरसा नदी तो परिवार भी छोड़ा गया सी। माता गुजरी जी अते छोटे साहबजादे नूं कंगू अपने घर लै गए सी। कंगू कई सालों तो गुरु परिवार के रसोई घर में काम करता रहा सी। पर कुछ मोहरां दे लालचां अते सरकार दे डर अधीन उसने माता गुजरी कौर जी अते छोटे साहबजादे नूं ਨੇੜੇ ਦੇ ਮੋਰਿੰਡਾ ਫੁੱਟਬਾਲ ਦੇ ਹਵਾਲੇ ਕਰ ਦਿੱਤਾ। ਗੰਗੂ ਨੂੰ ਇਨਾਮ ਵਿੱਚ ਮੋਹਰਾਂ ਤਾਂ ਮਿਲ ਗਈਆਂ, ਉਸਨੇ ਆਪਣਾ ਨਾਮ ਸਿੱਖ ਇਤਿਹਾਸ ਵਿੱਚ ਨਾ ਭੁੱਲਣ ਵਾਲੇ ਅਪਰਾਧੀਆਂ ਦੀ ਸੂਚੀ ਵਿੱਚ ਲਿਖਵਾ ਲਿਆ। 81 ਸਾਲਾਂ ਦੀ ਦਾਦੀ ਮਾਤਾ ਅਤੇ 6 ਅਤੇ 9 ਸਾਲ ਦੇ ਬੱਚਿਆਂ ਨੂੰ ਮੋਰਿੰਡਾ ਤੋਂ ਸੰਬੰਧ ਭੇਜ ਦਿੱਤਾ ਗਿਆ। ਕੜਫ ਦੀ ਠੰਡ ਵਿੱਚ ਉਹਨਾਂ ਨੂੰ ਇੱਕ ਉੱਚੇ ਮਨਾਰ ਵਿੱਚ ਰੱਖ ਦਿੱਤਾ, ਜਿਸਨੂੰ ਠੰਡਾ ਬੁਰਜ ਕਹਿੰਦੇ ਹਨ। ਅਗਲੀ ਸਵੇਰ ਨੂੰ ਗੁਰੂ ਸਾਹਿਬ ਜਾਂਦੇ
वजीर खान के दरबार में पेशी हुई। दोनों बच्चों की हाजिरी जवाबी निडरता तो सब प्रभावित सन। उन्होंने दीन कबूल करने में ना सिर्फ डर नाच दिता गया सगों तजिए भी दे दिए गए, पर उन्होंने स्पष्ट कह दिया कि उन्होंने सिखी जान तो भी प्यारी है। वजीर खान ने बच्चों को मलेर कोट का नवाब शेर मोहम्मद खान के हवाले सौंपना चाहिया। शेर मोहम्मद खान का भरा कुछ दिन पहला चमकौर के युद्ध में गुरु गोबिंद सिंह जी के तीर नाल मारिया गया सी। वजीर खान ने बच्चों को मार के अपने भरा का बदला लेने लिए कहा, पर मलेर कोट का नवाब ने ना सिर्फ अजिहा करने तो मना किया सगों वजीर खान ने भी इस अपराध को मना किया और बच्चों को छोड़ने लिए कहा। ਇੱਥੇ ਉਲਟ ਵਿਹਾਰ ਦਾ ਨਮੂਨਾ ਦੇਖਣ ਨੂੰ ਮਿਲਿਆ। ਵਜ਼ੀਰ ਖਾਨ ਦਾ ਦਿਲ ਇੱਕ ਵਾਰੀ ਬੱਚਿਆਂ ਦੀ ਮਾਸੂਮੀਅਤ ਦੇ ਸਾਹਮਣੇ ਪਿਘਲ ਰਿਹਾ ਸੀ। ਉਸਦੇ ਦਰਬਾਰ ਵਿੱਚ ਨੰਦ ਸੁੱਚਾ ਨੰਦ ਦੇ ਕੌੜੇ ਬੋਲਾਂ ਨੇ ਮਾਹੌਲ ਨੂੰ ਭਟਕਾਉਣ ਦੀ ਕੋਸ਼ਿਸ਼ ਕੀਤੀ। ਉਸਨੇ ਕਿਹਾ ਕਿ ਸੱਪ ਦੇ ਬੱਚੇ ਸੱਪ ਹੀ ਹੁੰਦੇ ਹਨ, ਉਹਨਾਂ ਦਾ ਸਿਰ ਕੁਚਲਦੇ ਹੋ ਨਹੀਂ, ਉਹ ਨਹੀਂ ਤਾਂ ਉਹ ਵੱਡੇ ਹੋ ਕੇ ਆਪਦੇ ਪਿਤਾ ਦੇ ਕੰਨਾਂ 'ਤੇ ਹੀ ਚੱਲਣਗੇ। ਸ਼ੇਰ ਮੁਹੰਮਦ ਖਾਨ ਨੇ ਦੇਖਿਆ ਕਿ ਉਹਦੀ ਤੀਰ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ। ਉਹ ਇਸ ਕਤਲ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਸੀ, ਇਸ ਲਈ ਉਹ ਸਭ ਦਾ ਬਾਈਕਾਟ ਕਰਕੇ ਉੱਥੋਂ ਚਲਾ ਗਿਆ। ਦੋ ਦਿਨ ਲਗਾਤਾਰ ਸਭ ਬੱਚੇ ਨੇ ਸਾਹਿਬਜ਼ਾਦਿਆਂ ਨੂੰ ਲਗਾਤਾਰ ਡਰ ਲਾਲਚ ਅਤੇ ਸਖ਼ਤ ਤਸੀਹਾ ਦਿੱਤੇ ਗਏ, ਪਰ ਉਹ ਆਪਣੇ ਸਿੱਧਤ ਤੋਂ ਨਹੀਂ ਡੋਲੇ। ਵਜ਼ੀਰ ਖਾਨ ਨੇ ਹਾਰ ਕੇ ਕਾਜ਼ੀ ਨੂੰ ਫਤਵਾ ਸੁਣਾਉਣ ਲਈ ਕਿਹਾ। ਕਾਜ਼ੀ ਨੇ ਦੋਹਾਂ ਨੂੰ ਦੀਵਾਰ ਵਿੱਚ ਜ਼ਿੰਦਾ ਚਿੰਨ੍ਹ ਦੇਣ ਦਾ ਫਤਵਾ ਸੁਣਾਇਆ। ਅਜਿਹਾ ਹੀ ਹੋਇਆ। 26 ਦਸੰਬਰ 1704 ਨੂੰ ਦੋਹਾਂ ਮਾਸੂਮਾਂ ਨੂੰ ਦੀਵਾਰ ਵਿੱਚ ਚਿੰਨ੍ਹ ਦਿੱਤਾ ਗਿਆ। ਕੁਝ ਦੇਰ ਬਾਅਦ ਜਦੋਂ ਦੀਵਾਰ ਤੋੜ ਕੇ ਦੇਖਿਆ ਕਿ ਅਜੇ ਵੀ ਸਾਹ ਚੱਲ ਰਹੇ ਹਨ ਤਾਂ ਉਹਨਾਂ ਦਾ ਸਿਰ ਕਲਮ ਕਰ ਦਿੱਤਾ ਗਿਆ। ਬਾਬਾ ਫਤਿਹ ਸਿੰਘ ਜੀ 6 ਸਾਲ ਅਤੇ ਬਾਬਾ ਜ਼ੋਰਾਵਰ ਸਿੰਘ ਜੀ 9 ਸਾਲ ਪੰਥ ਦੀ ਨੀਂਹ ਆਪਣੇ ਖੂਨ ਨਾਲ ਸਿੱਝ ਕੇ ਬਹੁਤ ਮਜ਼ਬੂਤ ਕਰ ਗਏ। ਸਾਧ ਸੰਗਤ ਜੀ, ਗੁਰੂਆਂ ਅਤੇ ਉਹਨਾਂ ਦੇ ਪਰਿਵਾਰ ਨੇ ਇੰਨੇ ਸਖ਼ਤ ਸੀਗੇ ਕਿਉਂ ਚੱਲੇ, ਕਿਉਂ ਨਾ ਸਿੱਖਾਂ ਨੂੰ ਫਿਰ ਤੱਕ ਕਰਨਾ ਸਵੀਕਾਰ ਕੀਤਾ, ਕਿਸ ਲਈ ਅਜਿਹਾ ਟੁੱਟ ਰਿਹਾ। ਉਹਨਾਂ ਨੇ ਇਨਸਾਨ ਦੇ ਅਜਿਹਾ ਜੀਵਨ ਲਈ ਸਮਾਨਤਾ ਅਤੇ ਨਿਆਂ ਸਥਾਪਿਤ ਕਰਨ ਲਈ ਇਹ ਸਭ ਕੀਤਾ, ਮੇਰੇ ਲਈ ਤੁਹਾਡੇ ਲਈ ਕੀਤਾ। ਸਿੱਖੀ ਦੇ ਤਮਾਮਾ ਗੁਰੂਆਂ ਅਤੇ ਪੁੱਤ ਦੀ ਅਤੇ ਆਪਣੇ ਪਰਿਵਾਰ ਦੀ ਕੁਰਬਾਨੀ ਦੇ ਕੇ ਵਜਿਆ ਹੈ। ਵਾਹਿਗੁਰੂ ਜੀ ਕਾ ਖਾਲਸਾ।